ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਆ ਜੀ। ਵੈਲਕਮ ਸਾਡੇ ਨਵੇਂ ਵਲੌਗ 'ਚ। ਅਤੇ ਬਾਈ ਜੀ, ਆਪਾਂ ਰਾਮਾ ਝੰਡੂ ਵਾਲਿਆਂ ਦੀ ਆਟੋਮੈਟਿਕ ਪਲੰਟਰ ਬੁੱਕ ਕਰਾਇਆ ਸੀਗਾ ਬਾਈ ਜੀ। ਉਹਨਾਂ ਦਾ ਆਇਆ ਫੋਨ, ਉਹਨੇ ਕਹਿੰਦੇ ਘੰਟੇ ਅੱਧੇ ਘੰਟੇ ਤੱਕ ਪਹੁੰਚ ਜਾਣੀ। ਮੈਂ ਇੱਧਰ ਆਏ ਝੋਨੇ ਵਾਲ ਗੇੜਾ ਮਾਰਨ, ਤਾਂ ਦਿਖਾਉਂਦੇ ਹਾਂ ਤੁਹਾਨੂੰ। ਆਪਣੇ ਕੋਲ ਅੱਗੇ ਬਾਈ ਜੀ ਚੂੰਡੀ ਵਾਲੀ ਸੀਗੀ। ਉਹ ਬਾਈ ਜੀ ਚੂੰਡੀ ਵਾਲੀ ਨਾ ਨਾਗਾ ਪਾਉਂਦੀ ਥੋੜ੍ਹਾ ਜਿਹਾ। ਇਹ ਥੋੜ੍ਹੀ ਇਹ ਮਸ਼ੀਨਾਂ ਜਿਹੜੀਆਂ ਨਵੀਆਂ ਨਾ, ਇਹ ਵਧੀਆ ਚੱਲਦੀਆਂ। ਪਟੇ ਵਾਲੀਆਂ ਸਿਸਟਮ ਵਧੀਆ ਵਾ, ਵਧੀਆ ਲੱਗੀ। ਕਈਆਂ ਕਿੰਨੀਆਂ ਦੇਖੀਆਂ। ਇਹ ਰਾਮਾ ਝੰਡੂ ਵਾਲੀ ਮਸ਼ੀਨ ਵਧੀਆ ਲੱਗੀ ਆਪਾਂ ਨੂੰ। ਮੈਂ ਲਵਾਈ ਵੀ ਦੇਖੀ, ਸਾਰੇ ਦੇਖੀਆਂ, ਪ੍ਰਾਈਜ਼ ਵੀ ਠੀਕ ਹੈ ਇਹਨਾਂ ਦਾ। ਅਤੇ ਆਉਂਦੀ ਗੱਡੀ ਫਿਰ ਤੁਹਾਨੂੰ ਦਿਖਾਉਂਦੇ ਹਾਂ, ਤੁਹਾਨੂੰ ਰਿਵਿਊ ਕਰਾਵਾਂਗੇ ਸਾਰਾ। ਲਾਉਣੇ ਵੀ ਉਹਦੇ ਨਾਲ ਹੀ ਸਾਰੇ, ਆਪਾਂ ਲਾਉਣ ਲੱਗੇ ਤੁਹਾਨੂੰ ਦਿਖਾਵਾਂਗੇ। ਨਾਲ ਹੀ ਖਾਦ ਪੈਣੀ, ਨਾਲ ਹੀ ਮਿੱਟੀ ਲਗਾਉਣੀ। ਮੈਨੂੰ ਤਾਂ ਸਹੀ ਹੈ ਪਸੰਦ ਆ, ਨਾਲੇ ਪਹਿਲਾਂ ਮਾਰਕਾ ਮਾਰੋ ਫਿਰ ਮਿੱਟੀ ਲਾਓ, ਦੋਹਰਾ ਤੇਰਾ ਕੰਮ ਪੈ ਜਾਂਦਾ ਵਾ। ਤੇਲ ਦੀ ਬੱਚਤ ਆ, ਇੱਕ ਵਾਰੀ ਪਹਿਲੀ ਤਿਆਰ ਕਰ ਲਓ, ਨਾਲ ਹੀ ਇਹ ਖਾਦ ਪੈਣੀ ਆ, ਨਾਲ ਹੀ ਆਲੂ ਲੱਗ ਜਾਣੇ ਵਧੀਆ। ਟਾਈਮ ਦੀ ਬੱਚਤ ਹੋ ਜਾਂਦੀ ਆ। ਆਉਂਦੀ ਆ ਫਿਰ ਤੁਹਾਨੂੰ ਦਿਖਾਉਂਦੇ ਹਾਂ ਜੀ। ਉਹ ਬਾਈ ਜੀ ਮਸ਼ੀਨ ਆ ਗਈ ਆਪਣੀ, ਮੀਂਹ ਪਈ ਜਾਂਦਾ, ਮਸ਼ੀਨ ਆ ਗਈ ਆਉਣ ਲੱਗਿਆ ਲਾਉਣ। ਫਿਰ ਜਿੰਨੇ ਵਜੇ ਗਿਆ ਉੱਨੇ ਵਜੇ ਪਹੁੰਚਾ ਦਿੱਤੀ ਆ। ਯੂਨਿਟ ਨਿੱਕੇ ਦੇ ਚੱਕਰ ਜ਼ਿਆਦਾ, ਪੀਟੀਓ ਦੇ ਇਹਨਾਂ ਜ਼ਿਆਦਾ ਵਧੀਆ ਵੱਜਦਾ ਹੈ ਯਾਰ। ਵਧੀਆ ਨਵੇਂ ਵਾਂਗੂ ਪਿਆ ਯਾਰ, ਮਲਚਰ ਪੂਰਾ ਨਵੇਂ ਵਾਲੀ ਕੰਡੀਸ਼ਨ ਆ ਪੂਰੀ, ਵਧੀਆ ਬਣ ਗਿਆ। ਦੇਖ ਲਾ ਕਰਨ, ਪਤਾ ਕਹਿੰਦਾ ਵਿਸ਼ਾਲ ਕੰਪਨੀ ਦਾ ਮੈਂ ਦੇਖਣੇ। ਮੈਂ ਵਿਸ਼ਾਲ ਦੇ ਬਹੁਤ ਵਾ, ਇਹ ਮਹਿੰਗਾ ਮਿਲਦਾ, ਮੈਂ ਲੋਕ ਘੱਟ ਲੈਂਦੇ ਆ। ਇਹ ਪਤਾ ਨਹੀਂ ਭਾਊ ਕਿਤੇ ਨਿਕਲ ਆਈ ਹੋਣੀ, ਦੇਖ ਲਿਆ ਉਹ ਵੀ ਇਹੀ ਕਹਿੰਦੇ ਚਲਾ ਕੇ, ਤਾਂ ਕੋਈ ਗਰੰਟੀ ਹੁੰਦੀ, ਪਰ ਪੂਰਾ ਸੈੱਟ ਹੀ ਨਿਕਲਿਆ ਇੱਜ਼ਤ ਰਹਿ ਗਈ।
ਵਧੀਆ ਰਿਹਾ ਉਹਦੇ ਪੀਟੀਓ ਚੱਕਰ ਬਹੁਤ ਆ ਨਾ ਛੋਟੇ ਦੇ ਇਹਦਾ ਹੁਣ ਆਪਾਂ ਨੂੰ ਬੰਪਰ ਬਦਲਣਾ ਪੈਣਾ ਬੰਪਰ ਨਾ ਹੌਲਾ ਪਲੇਟਾਂ ਵਾਲਾ ਪਾਉਣਾ ਪੈਣਾ ਮਸ਼ੀਨ ਹੈਗੀ ਭਾਰੀ ਆਲੂ ਲਾਉਣੇ ਇਹਦੇ ਨਾਲ ਉਹੀ ਕੁਛ ਨਾ ਕੁਛ ਕਰਨਾ ਪਊਗਾ ਵੇਟ ਕਸਾ ਨਹੀਂ ਤੇ ਦੂਜਾ ਪਲੇਟ ਵਾਲਾ ਬੰਪਰ ਪਾਉਣਾ ਪਊ ਵੱਡਾ ਲਿਆ ਕੇ ਜੇ ਮੈਂ ਉਹਨੇ ਇੱਕਦਮ ਕਲਾ ਛੱਡ ਦੇਣਾ ਉਹ ਵਾਲਾ ਜੋਂਡੇ ਚੱਕ ਹੁੰਦਾ ਮੋਰਿਓ ਏਦਾਂ ਹੀ ਜਦੋਂ ਆਲੂ ਪੈ ਗਏ 5 ਬੋਰੀਆਂ ਖਾਦ ਪੈ ਗਈ ਉਹ ਤੇ ਇਹਨੂੰ ਕੋਈ ਪਰਵਾਹ ਨਹੀਂ ਜੈਕ ਲਾ ਤਾ ਲਿਫਟ ਦੀ ਨੀ ਪਰਵਾਹ ਕੋਈ ਇਹਨੂੰ ਬਸ ਮੋਰਿਓ ਚੱਕ ਹੋਣਾ ਵੇਟ ਪਾਉਂਦੇ ਯਾਰ ਭਾਰੇ ਇਹਦੇ ਇਹਦਾ ਵੀ ਨਿਕਲ ਲਵਾ ਜੇ ਮੈਂ ਲਿਆਉਣਾ ਉੱਥੋਂ ਲਿਆ ਕੇ ਬੰਪਰ ਵਿੱਚ ਪਾਉਣਾ ਆਲੂ ਨਵਾਈ ਸਾਰਾ ਪੈਣਾ ਕਰਨੀ ਆ ਕਰਮੀ ਭਾਗੀ ਕਰੇ ਪਰਮਾਤਮਾ ਹੁਣ ਕਰਮਾ ਹੋਵੇ ਬਸ ਹੁਣ ਪਹਿਲੋਂ ਤਾਂ ਮੀਂਹ ਅੜੇ ਨਾ ਮੀਂਹ ਅੜੇ ਪਹਿਲੋਂ ਫਸਲਾਂ ਵੱਢਣ ਦੇਵੇ ਸਭ ਤੋਂ ਵੱਡੀ ਜਿਹੜੀ ਗੱਲ ਵਾ ਲੇਟ ਹੋਣ ਦਾ ਕੰਮ ਹੁਣ ਤਾਂ ਆਲੂ ਹੀ ਬਿਜਾਈ ਹੁਣ ਤੋਂ ਹੋ ਜਾਣਗੇ ਅੱਧੀ ਬਜਾਦੀ ਮੀਂਹ ਅੜ ਜਾਏ ਫਸਲ ਵੱਢੀਏ ਪਹਿਲੋਂ ਵਧੀਆ ਚੀਜ਼ ਬਣਾਈ ਯਾਰ ਖਾਦ ਵਾਲੇ ਪੈਸੇ ਕਿੱਡੇ ਮੋਟੇ ਲਾਏ ਇਹਨਾਂ ਨੇ ਆਪਦੇ ਖਾਦ ਬੰਦ ਹੋਣੀ ਪਹਿਲੀ ਗੱਲ ਪਸਤੌਲ ਦੇ ਪਲਾਸਟਿਕ ਦੇ ਸਭ ਤੋਂ ਵਧੀਆ ਚੀਜ਼ ਇਹਨਾਂ ਨੇ ਕੀਤਾ ਪਲਾਸਟਿਕ ਦੇ ਪਸਤੌਲ ਲਾਏ ਆ ਇਹਨਾਂ 'ਚ ਖਾਦ ਨਹੀਂ ਚੋਕ ਹੋਣੀ ਕਦੇ ਵੀ ਲੋਹੇ ਵਾਲੇ ਇਹਨਾਂ ਕਿਹੜੇ ਉਹ ਜੰਗਾਲ ਪੈ ਜਾਂਦਾ ਇੱਕ ਸੀਨ ਮਸ਼ੀਨ ਬੰਦ ਕਰ ਦੂ ਕਾਲੇ ਜੰਗਾਲ ਪਾ ਤਾਂ ਪਲਾਸਟਿਕ ਦੇ ਆਹ ਚੀਜ਼ ਵਧੀਆ ਦਿੱਤੀ ਇਹਨਾਂ ਨੇ ਸਭ ਤੋਂ ਵਧੀਆ ਚੀਜ਼ ਇਹ ਦਿੱਤੀ ਆ ਪਿੰਨ ਪਾ ਦੇ ਆਹਦੇ ਆਹ ਜੇ ਆਲੂ ਜੇ ਵੱਡਾ ਆਹਦੇ ਜ਼ਿਆਦੇ ਪਾਉਣੇ ਆਹਦੇ ਆਹਦੇ ਜ਼ਿਆਦੇ ਕਿਰਨੇ ਆਹ ਗਰਾਰੀ ਜਿਹੜੀ ਆਹਦੇ ਆਹ ਥੱਲੇ ਵਾਲੇ ਚੱਕਰ ਵਧਾਈ ਜਾਣੇ ਥੱਲੇ ਵੱਡੀ ਪਾ ਦੇਣੀ ਆ ਉੱਪਰ ਛੋਟੀ ਪਾ ਦੇਣੀ ਤਾਂ ਇਹ ਆਲੂ ਜ਼ਿਆਦਾ ਕਿਰੀ ਜਾਣਾ ਘੱਟ ਕਰਨੇ ਆ ਤਾਂ ਥੱਲੇ ਵਾਲੀ ਛੋਟੀ ਪਾਈ ਜਾਣੀ ਆਹਦੇ ਆਹ ਗਰਾਰੀਆਂ ਸੱਟ ਦਿੱਤਾ ਨਾਲ ਅਤੇ ਸਾਰੀਆਂ ਦਾ ਜਿੰਨੇ ਮਰਜ਼ੀ ਉਧਾਲਾ ਜਿੰਨੇ ਮਰਜ਼ੀ ਘਟਾ ਲਾ ਲੂ ਅਰੇ ਵਧਾਉਣੇ ਆ ਨਾ ਥੱਲੇ ਆ ਸਾਰੇ ਵੱਡੀ ਪਾ ਦੇਣੀ ਆ ਵਾਲੀ ਇਹਦੇ ਉੱਪਰ ਛੋਟੀ ਪਾ ਦੇਣੀ ਇਹ ਪੂਰੇ ਚੱਕਰ ਇਹਦੇ ਉਹਨੇ ਵਾਧੂ ਕਿਰੀ ਜਾਣਾ ਮਾਲ ਆਹ ਚੈਨ ਨੂੰ ਜਦ ਸਪਰਿੰਗ ਲਾ ਚੀਜ਼ ਵਧੀਆ ਬਣਾਈ ਵੀ ਇਹਨਾਂ ਨੇ ਚੈਨ ਟੈਪ ਕਰਨ ਦੀ ਲੋੜ ਨਹੀਂ ਆ ਪਿੰਨ ਪਾ 2023 ਨਹੀਂ ਚੀਜ਼ ਵਧੀਆ ਬਣਾਈ ਇਹਨਾਂ ਨੇ ਚੀਜ਼ ਦੇਖ ਕੇ ਪਸੰਦ ਤਾਂ ਆਈ ਆ ਚੀਜ਼ ਆਈ ਵਧੀਆ ਯਾਰ ਦੇਖੀਆਂ ਮੈਂ ਬਹੁਤ ਆ ਪਰ ਮੈਂ ਪਸੰਦ ਨਹੀਂ ਆਈਆਂ ਜੁੱਤਾ ਕੋਟ ਦਸਤਾਨਾ ਪਾ ਕੇ ਕੰਮ ਕਰੋ ਹੋਰ ਕੀ ਫਿਰ ਤਵੇ ਲਾਏ ਥੱਲੇ ਤਵੇ ਦੇਖਾ ਦੇ ਤਵੇ ਦੇ ਜਿੰਨੀ ਮਰਜ਼ੀ ਪਰਾ ਲਈਆਂ ਪਹਿਲਾਂ ਉਹਦੇ ਤਵਿਆਂ ਨੇ ਮਿੱਟੀ ਪਾਉਣੀ ਆਲੂ ਦੇ ਫਿਰ ਇਹਨਾਂ ਨੇ ਉਹਦੇ ਪਿੱਛੇ ਆ ਕੇ ਖੇਲ ਪਾਉਣੀ ਤਾਂ ਪੀਲੇ ਸਾਲ ਰਹਿੰਦੇ ਨਾ ਆਲੂ ਨੰਗਾ ਉਹਦੇ ਤਵੇ ਹੈ ਨਹੀਂ ਦੇਖ ਲਾ ਕਿੰਨਾ ਆਲੂ ਨੰਗਾ ਰਹਿੰਦਾ ਪੀਲੇ ਸਾਲ ਇਹ ਆਲੂ ਨਹੀਂ ਨੰਗਾ ਰੂਹ ਐਤਕੀ ਉਹ ਮੈਂ ਦੇਖੇ ਆ ਕੇਰ ਦੇ ਆਲੂ ਬੜਾ ਭਜਾਉਂਦੇ ਮੀਂਹ ਨੇ ਕੇਰ ਦੇ ਬਹੁਤ ਸੋਹਣੀ ਆਲੂ ਇੱਕ ਵਾਰੀ ਪੈਸੇ ਲਾ ਕੇ ਨਾ ਹੁਣ 10 ਸਾਲ ਦੇਖਣ ਦੀ ਲੋੜ ਨਹੀਂ ਇਹਨੂੰ ਪਰਾਲੀ ਜਿੱਕੀ ਬੇਜ ਜਿੱਥੇ ਮਰਜ਼ੀ ਬੀਜੀ ਨਾਲੇ 26 ਇੰਚ ਲਿਆਉਂਦੀ ਖੇਲ ਦੇਖੀ ਕਿੱਡੀ ਮੋਟੀ ਬਣਦੀ ਇਹਦੀ ਐਡੀ ਮੋਟੀ ਖੇਲ ਬਣਦੀ ਖੇਲ ਆਲੂ ਨਹੀਂ ਲੰਘਾ ਆਉਂਦਾ 26 ਇੰਚ ਵਾਲੀ ਆ ਬਹੁਤ ਵਧੀਆ ਚੀਜ਼ ਬਣਾਈ ਆ ਹੈ ਨਹੀਂ ਨਹੀਂ ਉਹਦਾ ਕੋਈ ਫਾਇਦਾ ਨਹੀਂ ਉਹ ਇੰਨੇ ਨਾਲ ਕੀ ਫਰਕ ਪੈਣਾ ਇਹਨਾਂ ਕੀ ਫਰਕ ਪੈਣਾ ਲੰਬਾਈ ਇਹਨਾਂ ਦਾ ਕੀ ਵਾ ਚੱਲੀ ਆਹ ਸਹੀ ਗੱਲ ਆ ਟਰੈਕਟਰਾਂ ਨਾਲ ਵੀ ਰਲਿਆ ਪਿਆ ਰੰਗ ਤੇਰੇ ਵਾਸਤੇ ਇਹ ਤੇਰੇ ਵਾਸਤੇ ਤਗੜਾ ਹੋਇਆ ਤਗੜਾ ਉਧਰ ਨਾ ਦੇਖ ਕਿਸਾਨ ਨੇ ਭਾਈ ਚਲਾਉਣੀ ਤੂੰ ਨਹੀਂ ਤੈਨੂੰ ਚਲਾਉਣੀ ਪੈਣੀ ਕੋਈ ਨੀ ਤੇਰੇ ਮੋਹਰੇ ਵਿਆਹ ਦਿੰਦੇ ਵੇਟ ਵੱਡੇ ਟੈਨਸ਼ਨ ਨਾ ਲੈ ਠੀਕ ਆ ਮਸ਼ੀਨ ਬਾਕੀ ਚਲਾਵਾਂਗੇ ਫਿਰ ਉਦਣ ਪਾਵਾਂਗੇ ਰਿਵਿਊ ਸਾਰਾ ਹੁਣ ਬੀਜਾਂਗੇ ਮਸ਼ੀਨ ਵਧੀਆ ਬਣੀ ਆ ਜਾਲੀ ਜੁਲੀ ਦਿੱਤੀ ਵੀ ਖਾਦ ਵਾਲੇ ਆਹ ਵੀ ਚੀਜ਼ ਵਧੀਆ ਖਾਦ ਆ ਜਾਲੀ ਪਾਈ ਆਹਦੇ ਆਹ ਚੀਜ਼ ਵਧੀਆ ਯਾਰ ਅੱਗੇ ਡਲੀਆਂ ਕੱਢਦੇ ਰਹੀਦਾ ਜੀ ਆਹ ਤਾਂ ਡਲੀ ਆਣੀ ਜਿੰਨੀ ਛੋਟੀ ਆ ਡਲੀ ਲੰਘਣੀ ਉਹ ਥੱਲੇ ਲੰਘੀ ਜਾਣੀ ਪਸਤੌਲ ਚੋਂ ਇਹ ਵੀ ਚੀਜ਼ ਬਹੁਤ ਵਧੀਆ ਆਹੋ ਵਾਈਬ੍ਰੇਟਰ ਆ ਪਿੱਛੇ ਆਲੂ ਐਡਜਸਟਮੈਂਟ ਸੈੱਟ ਕਰਨ ਨੂੰ ਇਹਨੇ ਆਲੂ ਵੜਾਈ ਜਾਣੇ ਆਹਦੇ ਇਹਦੇ ਕੰਮ ਆ ਸਾਰਾ ਵੀ ਆਲੂ ਕੋਈ ਜਾਮ ਨਹੀਂ ਨਾ ਹੁੰਦੇ ਉਹਨੂੰ ਹੈ ਨਹੀਂ ਸੀ ਉਹਨੂੰ ਸਿੱਧੇ ਹੀ ਸੀਗੇ ਤਾਂ ਹੀ ਆਲੂ ਜੰਮ ਜਾਂਦੇ ਉਹਦੇ 'ਚ
बहुत तकनीक वधिया चलो बाई जी हम जिदन चलावे तुम फिर उदन रिव्यू पावे उदन खाते तुम दिखा खाते तुम दिखावे उदन देख पिछे देख जीत कट के पा जी देख पा के देख जीत नट खोलने पैने नहीं नहीं नट नहीं खोलने कट मार के बस पिन कट जी दो वाली पिन कट कट पिन कम सौखा नटा वाला तो जब वा पूरा अद्धा घंटा खोलो कसो गुली खड़े बिच पा दे सीधे रो हाँ इधर इधर बस लै पूरा देख लिया पा पेनू भी पा नाले दी पा पिन हाँ पूरी पा देख जरा की हिसाब था पैगी पिन पिन पा वो थले रहने थले ना पा पिछे होकर ला देख हूँ हम खेल पदरी करूँगा बहार वाली अरे सही कि नहीं होना चौ उच्चा नहीं होता लोड़ा इतों कर लो पूरा असैसमेंट उच्चा करना पैना लोड़ है तो उच्चा कर देंगे मिनट च खुल गए तंग था बस हूँ बहार का किड़ा लाया इन ला के लाना पैना बाहर चो चली जल जो काम निबड़ गया उदो भी ला के लिया विंगे वूंगे जाली चक जीत खा दी सिस्टम वधिया दिता यार मैं यही चाहता यही सिस्टम हो गए चक्की ਆ ਵਿਚਕਾਲੇ ਚੀਜ਼ ਵਧੀਆ ਲਈ ਸਿੱਧੀ ਖਾਦ ਉਹਦੇ 'ਚ ਹੀ ਆਊਗੀ ਨਾ ਉੱਦਾਂ ਖਾਦ ਅੱਗੇ ਹੱਥ ਮਾਰਦੇ ਰਹੀਦਾ ਅਜੇ ਦੋ ਦੋ ਛੇ ਕਾ ਖਾਦ ਰਹਿਣੀ ਨਹੀਂ ਇੱਕ ਛੇਕ ਇੱਧਰ ਵਾ ਉੱਧਰ ਵਾ ਦੇ ਉੱਧਰ ਵਿਚਕਾਲੇ ਪੱਤੀ ਲਾ ਦਿੱਤੀ ਆ ਖਾਦ ਰਹਿਣੀ ਨਹੀਂ ਨਾਲ ਆਹ ਦੇ ਤੇ ਟੁੱਟਦੇ ਨਹੀਂ ਇਹ ਨਹੀਂ ਜਾਂਦੇ ਕਦੇ ਆਹ ਵਿੱਚੋਂ ਕੱਢ ਲਓ ਮੋਟਾ ਆਲੂ ਲਾਉਣਾ ਆਹੋ ਲਾ ਦੇ ਜੀ ਦੀ ਜਾਲੀ ਨੂੰ ਇਹ ਨਿਕਲ ਜਾਂਦਾ ਪਲਾਸ ਨਾਲ ਨਿਕਲਦਾ ਮਾੜਾ ਪਿੱਛੋਂ ਪਲਾਸ ਨਾਲ ਨਿਕਲ ਜਾਂਦਾ ਉਸ ਵੇਲੇ इदा वा जो अपना आलू बी साइज तो व्डा वा फिर कला यही रखना वा फिर चोर साइज भी हो जाता जे अपना गोली आते चाह इदा पै जाने वाले नपड़े में लॉक लग जाता पाइन भी भार पा तू नपद चोर ने भार पा बस आ गया हाँ हूं कि गोली आ दूजा आलू फिर वाइब्रेटर लगा तू दस हूं बाद में एक ही आलू जाना है बड़ा एक्सट्रा देते पंच चलो ठीक है हूँ है ना वधिया हूँ मिलेंगे बाई जी तुम खाते चलावे जो उदन दिखावा तुम्हें।